महाराज की कृपा के नाल ही अपना हिंदुस्तान बचा, जो कि कहते हैं कि हिंद की चादर। मैं हिंद की चादर नहीं कहता, मैं तो वड़ की चादर कहना कि गुरु तेग बहादुर साहब जी ने इन्ना वड्डा बलिदान दे के अपने सारे हिंदू धर्म को बचाया। गोबिंद सिंह जी ने चार पुत्र दे के एक सिक्खी का बूटा लाया, और बूटा लाया गुरु महाराज गोबिंद सिंह जी ने कोई पानी पा के बूटा ना पुत्रां दा खून पा के इस सिक्खी के बूटे नूं उपाऊ कीता। हिंदी चादर साहिब श्री गुरु तेग बहादुर जी के 400 साल प्रकाश पुरब मौके केंद्र सरकार वालों लाल किले से वड्डे पद्धर से समागम मनाया जा रहा है। उते ही हरियाणा सरकार वालों 24 अप्रैल को पानीपत विखे सूबा पद्धरी समागम करवाया जा रहा है। गुरु कृपा कैटल फीड के मालक नाजर सिंह ने भी पानीपत विच गुरु तेग बहादुर जी के 400वें प्रकाश पुरब के शानदार समागम का आयोजन करने सूबा सरकार का धन्यवाद करते हुए कहा कि गुरु तेग बहादुर जी ने सिर्फ अपना बलिदान ही नहीं दिता, सगो इस विच सारे धर्मां दी रक्षा अते ਜ਼ਬਰ ਜ਼ੁਮਨ ਖਿਲਾਫ ਆਵਾਜ਼ ਬੁਲੰਦ ਕੀਤੀ। ਸਮੇਂ ਦੀ ਲੋੜ ਹੈ ਕਿ ਨੌਜਵਾਨਾਂ ਨੂੰ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਾਇਆ ਜਾਏ, ਤਾਂ ਜੋ ਉਹ ਧਰਮ, ਭਲਾਈ ਅਤੇ ਆਪਸੀ ਸਦਭਾਵਨਾ ਦੇ ਮਾਰਗ ਤੇ ਚੱਲ ਸਕਣ। ਉਹਨਾਂ ਸਮੂਹ ਸੰਗਤਾਂ ਨੂੰ 400ਵੇਂ ਪ੍ਰਕਾਸ਼ ਪੁਰਬ ਮੌਕੇ ਉਚੇਚੇ ਤੌਰ ਤੇ ਪਹੁੰਚਣ ਦੀ ਅਪੀਲ ਕੀਤੀ। ਪਾਣੀਪਤ ਦੀ ਧਰਤੀ ਤੇ 400ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਬਾਰੇ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਪੰਨਵ ਐਂਟਰਪ੍ਰਾਈਜ਼ਸ ਦੇ ਪ੍ਰੋਪਰਾਈਟਰ ਪ੍ਰਿੰਸ ਜੁਨੇਜਾ ਨੇ ਕਿਹਾ ਕਿ ਇਸ ਦਿਨ ਹਰ ਵਿਅਕਤੀ ਨੂੰ ਆਪਣੇ ਘਰ ਵਿੱਚ ਦੀਵੇ ਜ਼ਰੂਰ ਲਗਾਉਣੇ ਚਾਹੀਦੇ ਨੇ, ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸਾਡੇ ਲਈ ਦੀਵਾਲੀ ਵਰਗਾ ਹੀ ਹੈ। ਉਹਨਾਂ ਸਮੂਹ ਪਾਣੀਪਤ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਕੱਠੇ ਹੋ ਕੇ ਅਜਿਹੀ ਜਨਮ ਸ਼ਤਾਬਦੀ ਮਨਾਉਣ ਜਿਸ ਦੀ ਗੂੰਜ ਨਾ ਸਿਰਫ ਹਰਿਆਣਾ ਅਤੇ ਪੂਰੇ ਦੇਸ਼ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ। ਉਹਨਾਂ ਨੇ ਸਾਰਿਆਂ ਨੂੰ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ। ਇਸ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਸਮਾਗਮ ਕਰਵਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੋ ਰਹੀ ਹੈ, ਉੱਥੇ ਹੀ ਹਰਿਆਣਾ ਸਰਕਾਰ ਵੱਲੋਂ ਵੀ ਪਾਣੀਪਤ ਦੇ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਏ ਜਾ ਰਹੇ ਨੇ ਅਤੇ ਇਸ ਨੂੰ ਲੈ ਕੇ ਹਰਿਆਣੇ ਦੀ ਸੰਗਤ ਦੇ ਵਿੱਚ, ਪਾਣੀਪਤ ਦੀ ਸੰਗਤ 'ਚ ਕਾਫੀ ਉਤਸ਼ਾਹ ਹੈ। ਅਤੇ ਇਸ ਵੇਲੇ ਸਾਡੇ ਨਾਲ ਨੇ ਸਰਦਾਰ ਨਾਜਰ ਸਿੰਘ ਜੀ, ਜੋ ਕਿ ਗੁਰੂ ਕਿਰਪਾ ਕੈਟਲ ਫੀਡ ਦੇ ਮਾਲਿਕ ਵੀ ਨੇ। ਉਹ ਵੀ ਇਸ ਬਾਰੇ ਆਪਣਾ ਕੁਝ ਸੰਦੇਸ਼ ਦੇਣਾ ਚਾਹੁੰਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਧਰਮ ਦੀ ਰੱਖਿਆ ਦੇ ਲਈ ਆਪਣਾ ਜਿਹੜਾ ਆ ਆਪ ਵਾਰਿਆ ਸੀ, ਕਿਸੇ ਖਾਸ ਧਰਮ ਦੇ ਲਈ ਬਲਕਿ ਪੂਰੀ ਮਾਨਵਤਾ ਦੇ ਲਈ ਉਹਨਾਂ ਨੇ ਜਿਹੜੀ ਹੈ ਆਪਣੀ ਕੁਰਬਾਨੀ ਦਿੱਤੀ ਸੀ। ਸਵਾਗਤ ਹੈ ਤੁਹਾਡਾ ਨਾਜ਼ਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਦੇ ਚਰਨਾਂ 'ਚ ਬੇਨਤੀ ਕਰਦਾ, ਆ ਤੁਸੀਂ ਆਏ ਭਾਈ ਸੁਰਿੰਦਰ ਸਾਹਿਬ ਜੀ ਆਏ, ਤਹਿ ਦਿਲ ਤੋਂ ਤੁਹਾਡਾ ਸ਼ੁਕਰੀਆ ਜੀ, ਵੈਲਕਮ। ਔਰ ਮੈਂ ਪੂਰੇ ਹਰਿਆਣਾ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜੋ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹੈ, ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ। ਔਰ ਮੈਂ ਚਾਰੋਂ ਦਿਸ਼ਾਵਾਂ ਤੋਂ 36 ਬਲਾਦਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਸਭ ਵਾਸਤੇ ਵੈਲਕਮ। ਔਰ 13-17 ਸੈਕਟਰ ਪਾਣੀਪਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਉਹਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਓ ਔਰ ਖੁਸ਼ੀਆਂ ਮਾਨੋ, ਵੱਧ ਤੋਂ ਵੱਧ ਸੇਵਾ ਕਰੋ। ਔਰ ਹੱਥ ਜੋੜ ਕੇ ਬੇਨਤੀ ਹੈ ਕਿ ਆ ਕੇ ਇਸ ਖੁਸ਼ੀਆਂ ਦਾ ਲਾਹਾ ਲਿਆ ਜਾਵੇ। ਮਹਾਰਾਜ ਦੀ ਕਿਰਪਾ ਦੇ ਨਾਲ ਹੀ ਆਪਣਾ ਹਿੰਦੁਸਤਾਨ ਬਚਿਆ, ਜੋ ਕਿ ਕਹਿੰਦੇ ਹੈ ਕਿ ਹਿੰਦ ਦੀ ਚਾਦਰ। ਮੈਂ ਹਿੰਦ ਦੀ ਚਾਦਰ ਨਹੀਂ ਕਹਿੰਦਾ, ਮੈਂ ਤਾਂ ਵੜ ਦੀ ਚਾਦਰ ਕਹਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੰਨਾ ਵੱਡਾ ਬਲੀਦਾਨ ਦੇ ਕੇ ਆਪਣੇ ਸਾਰੇ ਹਿੰਦੂ ਧਰਮ ਨੂੰ ਬਚਾਇਆ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁੱਤਰ ਦੇ ਕੇ ਇੱਕ ਸਿੱਖੀ ਦਾ ਬੂਟਾ ਲਾਇਆ, ਔਰ ਬੂਟਾ ਲਾਇਆ ਗੁਰੂ ਮਹਾਰਾਜ ਗੋਬਿੰਦ ਸਿੰਘ ਜੀ ਨੇ ਕੋਈ ਪਾਣੀ ਪਾ ਕੇ ਬੂਟਾ ਨਾ ਪੁੱਤਰਾਂ ਦਾ ਖੂਨ ਪਾ ਕੇ ਇਸ ਸਿੱਖੀ ਦੇ ਬੂਟੇ ਨੂੰ ਉਪਾਊ ਕੀਤਾ। ਔਰ ਇਸ ਨੂੰ ਵੱਧ ਤੋਂ ਵੱਧ ਚੜ੍ਹ ਕੇ ਤੁਸੀਂ ਵੀ ਆਪਣਾ ਪਾਣੀ ਪਾਓ ਔਰ ਸੇਵਾ ਕਰੋ ਕਿ ਤੁਹਾਨੂੰ ਲਾਹਾ ਮਿਲੇ। ਇੱਕ ਇੱਕ ਕਦਮ ਆਪਦਾ ਲੇਖਾ ਲਾਇਆ ਜਾਏਗਾ ਔਰ ਪਰਮਾਤਮਾ ਚੜ੍ਹਦੀ ਕਲਾ ਕਰੇਗਾ। ਭਾਈ ਸਾਹਿਬ, ਭਾਈ ਸੁਰਿੰਦਰ ਸਾਹਿਬ, ਉਹਨਾਂ ਦੀ ਟੀਮ ਦਾ ਤਹਿ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ, ਉਹਨਾਂ ਸਾਨੂੰ ਇਸ ਲਾਇਕ ਸਮਝਿਆ ਔਰ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਗ੍ਰਹਿ ਵਿਖੇ ਆਏ ਔਰ ਸੇਵਾ ਕਰ ਰਹੇ ਹੈ। ਔਰ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 24 ਤਰੀਕ 13-17 ਸੈਕਟਰ ਪਾਣੀਪਤ ਵਿੱਚ ਸਭ ਤੋਂ ਵੱਧ ਸੰਗਤ ਪਹੁੰਚ ਕੇ ਲਾਹਾ ਲਿਆ ਜਾਵੇ, ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ। ਹਰਿਆਣਾ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ, ਭਾਈ ਸਾਹਿਬ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।